ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ ਪਿੰਡ ਵੱਲ ਭੱਜਦਾ ਅਸਲ ਦੇ ਵਿੱਚ ਬੀਜੇਪੀ ਦਾ ਅੰਤ ਨੇੜੇ ਆ ਗਿਆ ਉੱਪਰੋਂ ਦੀ ਥਾਰ ਗੱਡੀ ਨਿਗਾਹ ਆਤੀ ਕਿੱਦਾਂ ਉਹਨਾਂ ਨੂੰ ਕੁਚਲਿਆ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਸਮਾਂ ਭੁੱਖ ਹੜਤਾਲ ਨਹੀਂ ਸੀ ਖਤਮ ਕਰਨੀ ਚਾਹੀਦੀ ਜਿੰਨਾ ਸਮਾਂ ਉਹ ਜੇਲ੍ਹ ਦੇ ਅੰਦਰ ਨਹੀਂ ਸੀ ਜਾਂ ਬਿਲਕੁਲ ਜੋਗੀ ਵਰਗੇ ਨਾ ਸਾਡੇ ਪੰਜਾਬ ਦੇ ਵਿੱਚ ਸੱਪ ਫੜਨ ਵਾਸਤੇ ਲੋਕਾਂ ਨੇ ਰੱਖੇ ਜਿਵੇਂ ਕੁੱਤੇ ਨੂੰ ਘਿਉ ਨਹੀਂ ਪਚਦਾ ਹੁਣ ਜੋਗੀ ਬਣ ਗਿਆ ਮੁੱਖ ਮੰਤਰੀ ਬਹੁਤ ਵੱਡਾ ਅਹੁਦਾ ਪਰ ਲੇਕਿਨ ਉਹਨਾਂ ਦਾ ਸ਼ਾਸਤਰਾਣਾ ਇੰਨਾ ਪਿਆਰ ਹੈ ਉਹਨਾਂ ਨੇ ਸ਼ਾਸਤਰਾ ਦੇ ਨਾਲ ਅਮਰੀਕਾ ਵਰਗੇ ਦੇਸ਼ ਨੂੰ ਭਜਾ ਦਿੱਤਾ ਪਰ ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਵੀ ਹਰੀ ਸਿੰਘ ਨਲੂਏ ਨੇ ਉਹ ਤਾਲਿਬਾਨੀਆਂ ਨੂੰ ਉਹਨਾਂ ਦੇ ਵੱਡਿਆਂ ਨੂੰ ਉੱਥੇ ਜਾ ਕੇ ਮਾਰ ਦਿੱਤੀ ਸੀ ਅੱਜ ਤੱਕ ਅਫਗਾਨਿਸਤਾਨ ਨੂੰ ਕੋਈ ਜਿੱਤ ਨਹੀਂ ਸਕਿਆ ਇਹ ਜਿਹੜਾ ਭਾਜਪਾ ਨਾ ਇਹ ਅੱਤਵਾਦੀਆਂ ਦੀ ਜਮਾਤ ਕਾਦਾ ਪ੍ਰਧਾਨ ਮੰਤਰੀਆਂ ਨੂੰ ਨਾਕੜ ਬੋਕੇ ਮਰ ਜਾ ਮੁਸ਼ਦਾ ਸਵਾਲ ਬਣਾ ਲਿਆ ਤਾਂ ਕਰਕੇ ਕਾਨੂੰਨ ਰੱਦ ਨਹੀਂ ਕਰ ਰਿਹਾ ਪਰ ਇਹਦਾ ਅੰਤ ਵੀ ਔਰੰਗਜ਼ੇਬ ਦੀ ਅੱਜ ਮੜੀ ਤੇ ਨਾ ਕੁੱਤਾ ਨਹੀਂ ਕੋਈ ਪਿਸ਼ਾਬ ਕਰਦਾ ਇਹਦਾ ਵੀ ਅੰਤ ਇਹੀ ਹੋਊਗਾ ਤੁਸੀਂ ਯਾਦ ਰੱਖੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਗੱਲਬਾਤ ਕਰਾਂਗੇ ਯੂਪੀ ਚ ਜੋ ਲਖੀਮਪੁਰ ਵਿਖੇ ਘਟਨਾ ਹੋਈ ਵੱਡੀ ਘਟਨਾ ਹੋਈ ਜਿਸ ਦੇ ਤਹਿਤ ਪੰਜਾਬ ਕਾਂਗਰਸ ਦੀ ਅਗਵਾਈ ਚ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਭੁੱਖ ਹੜਤਾਲ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਬੁਲਾਇਆ ਅਤੇ ਉਹ ਪੇਸ਼ ਹੋਏ ਹਨ ਹੁਣ ਤਾਜ਼ਾ ਅਪਡੇਟ ਤੁਹਾਨੂੰ ਦੱਸ ਰਿਹਾ ਕਿ ਆਸ਼ੀਸ਼ ਮਿਸ਼ਰਾ ਪੁਲਿਸ ਲਵੇ ਪੇਸ਼ ਹੋਏ ਨੇ ਗੱਲਬਾਤ ਚੱਲ ਰਹੀ ਆ ਕਿਉਂਕਿ ਅਜੇ ਮਿਸ਼ਰਾ ਪਹਿਲਾਂ ਤੁਸੀਂ ਕਹਿ ਰਹੇ ਸਨ ਕਿ ਮੇਰਾ ਆਸ਼ੀਸ਼ ਮਿਸ਼ਰਾ ਬੇਟਾ ਬੇਕਸੂਰਾ ਉਹ ਜਦੋਂ ਵੀ ਪੁਲਿਸ ਲਵੇ ਜਾਣਗੇ ਤਾਂ ਆਪਣੇ ਸਬੂਤ ਲੈ ਕੇ ਜਾਣਗੇ ਗੱਲਬਾਤ ਲਗਾਤਾਰ ਜਾਰੀ ਆ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਕਿਉਂਕਿ ਕਿਤੇ ਨਾ ਕਿਤੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਕਿ ਗ੍ਰਿਫਤਾਰੀਆਂ ਹੋਣ ਪਰ ਉਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨਾਲ ਗੱਲਬਾਤ ਲਗਾਤਾਰ ਜਾਰੀ ਆ ਤੇ ਭੁੱਖ ਹੜਤਾਲ ਨਵਜੋਤ ਸਿੰਘ ਸਿੱਧੂ ਨੇ ਖਤਮ ਕਰ ਦਿੱਤੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਾਬਾ ਸੁਰਜੀਤ ਸਿੰਘ ਕਨੜਕੀ ਵਾਲੇ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਬਿਲਕੁਲ ਜੀ ਬਾਬਾ ਜੀ ਕਿਵੇਂ ਦੇ ਹਾਲਾਤ ਦੇਖ ਰਹੇ ਆ ਆਪਾਂ ਯੂਪੀ ਦੇ ਲਖੀਮਪੁਰ ਵਿਖੇ ਕਿੰਨੀ ਕਿਵੇਂ ਦੀ ਘਟਨਾ ਹੋਈ ਇੱਕ ਗੱਡੀਆਂ ਵੀਡੀਓ ਵਾਇਰਲ ਤੁਸੀਂ ਦੇਖੀਏ ਨੇ ਕਿਵੇਂ ਗੱਡੀਆਂ ਕਿਵੇਂ ਖੂਨ ਖਰਾਬਾ ਹੋਇਆ ਕਿਵੇਂ ਕਤਲੇਆਮ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਇਹ ਬਹੁਤ ਮੰਦਭਾਗੀ ਘਟਨਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ ਪਿੰਡ ਵੱਲ ਭਜਦਾ ਅਸਲ ਦੇ ਵਿੱਚ ਬੀਜੇਪੀ ਦਾ ਅੰਤ ਨੇੜੇ ਆ ਗਿਆ ਜਿਵੇਂ ਮੁਗਲਿਆ ਹਕੂਮਤ 8900 ਸਾਲ ਰਾਜ ਕਰਦੀ ਰਹੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਤੇ ਜ਼ੁਲਮ ਕੀਤਾ ਤਾਂ ਥੋੜੇ ਜੇ ਸਾਲਾਂ ਚ ਔਰੰਗਜ਼ੇਬ ਦੀ ਹਕੂਮਤ ਦਾ ਮੁਗਲਿਆ ਹਕੂਮਤ ਦਾ ਅੰਤ ਹੋ ਗਿਆ ਸੀ ਇਸ ਤਰ੍ਹਾਂ ਮੋਦੀ ਹਕੂਮਤ ਦੇ ਅੰਤ ਦਾ ਸਮਾਂ ਨੇੜੇ ਆ ਗਿਆ ਕਿਤੇ ਨਾ ਕਿਤੇ ਮੋਦੀ ਦੇ ਵਿੱਚ ਇੰਦਰਾ ਗਾਂਧੀ ਦੀ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ ਅੱਤ ਤੇ ਅੰਤ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਅੱਤ ਬਹੁਤ ਚੱਕੀ ਹੈ ਅੰਤ ਵੀ ਬੜਾ ਛੇਤੀ ਨੇੜੇ ਆਗਾ ਜੋ ਘਟਨਾ ਜੂਪੀ ਚ ਹੋਈ ਹੈ ਜੀ ਕਿਸਾਨ ਹੱਥਾਂ ਚ ਝੰਡੇ ਫੜੇ ਹੋਏ ਸੀ ਸ਼ਾਂਤਮਈ ਆ ਰਹੇ ਸੀ ਉੱਪਰੋਂ ਦੀ ਥਾਰ ਗੱਡੀ ਨਗਾਹਤੀ ਕਿੱਦਾਂ ਉਹਨਾਂ ਨੂੰ ਕੁਚਲਿਆ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਿਲਕੁਲ ਜੀ ਬੈਸੇ ਜਿਵੇਂ ਗੱਲਬਾਤ ਹੋਈ ਉਸ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਅਤੇ 45-45 ਲੱਖ ਰੁਪਇਆ ਵੀ ਨਾਲ ਦੀ ਨਾਲ ਦੇਤਾ ਕਿਉਂਕਿ ਕਿਤੇ ਨਾ ਕਿਤੇ ਗੱਲ ਦੱਬਣ ਦੀ ਸੀ ਕਿ ਗੱਲ ਦਬ ਜੇ ਕਿਤੇ ਜੂਪੀ ਚ ਵੱਡਾ ਸੰਘਰਸ਼ ਨਾ ਸ਼ੁਰੂ ਹੋ ਜੇ ਵੱਡਾ ਪ੍ਰਦਰਸ਼ਨ ਨਾ ਹੋਣ ਲੱਗ ਜਾਣਾ ਕੀ ਲੱਗਦਾ ਤੁਹਾਨੂੰ ਉਸ ਤੋਂ ਬਾਅਦ ਮੰਗ ਲਗਾਤਾਰ ਸੀ ਕਿ ਗ੍ਰਿਫਤਾਰ ਹੋਣ ਦੋਸੀਆਂ ਤੇ ਧਰਾਵਾਂ ਲੱਗੀਆਂ ਸਭ ਕੁਝ ਹੋ ਗਿਆ ਪਰ ਗ੍ਰਿਫਤਾਰੀ ਬਾਕੀ ਸੀ ਕਿ ਗ੍ਰਿਫਤਾਰੀ ਹੋਵੇ ਗ੍ਰਿਫਤਾਰੀ ਹੋਵੇ ਗੱਲ ਇਹ ਹੀ ਸੀ ਹਾਂਜੀ ਤੁਸੀਂ ਅੱਜ ਦੱਸ ਰਹੇ ਹੋ ਅਸੀਂ ਤਾਂ ਦੇਖਿਆ ਨਹੀਂ ਵੀ ਅਪਡੇਟ ਕਿ ਨਵਜੋਤ ਸਿੱਧੂ ਨੇ ਭੁੱਖ ਹੜਤਾਲ ਖਤਮ ਕਰਤੀ ਨਹੀਂ ਕਰਨੀ ਚ ਇਹ ਜਲਦਬਾਜ਼ੀ ਚ ਕਦਮ ਲਿਆ ਜਾਂਦਾ ਤੁਸੀਂ ਰੱਖੋ ਨਾ ਭੁੱਖ ਹੜਤਾਲ ਜਾਂ ਜਿੰਨਾ ਸਮਾਂ ਉਹ ਗ੍ਰਿਫਤਾਰ ਨਹੀਂ ਹੁੰਦਾ ਕਿਉਂਕਿ ਸਰਕਾਰ ਉਹਨਾਂ ਦੀ ਆ ਸਾਨੂੰ ਯੂਪੀ ਪੁਲਿਸ ਤੇ ਭਰੋਸਾ ਨਹੀਂ ਯੂਪੀ ਪੁਲਿਸ ਉਹਨਾਂ ਨੂੰ ਬਚਾਊਗੀ ਉਹਨਾਂ ਸਮਾਂ ਭੁੱਖ ਹੜਤਾਲ ਨਹੀਂ ਸੀ ਖਤਮ ਕਰਨੀ ਚਾਹੀਦੀ ਜਿੰਨਾ ਸਮਾਂ ਉਹ ਜੇਲ੍ਹ ਦੇ ਅੰਦਰ ਨਹੀਂ ਸੀ ਜਾਂਦਾ ਬਿਲਕੁਲ ਵੈਸੇ ਜੁਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਜੋਗੀ ਦਾ ਬਿਆਨ ਵੀ ਇੱਕ ਜਾਰੀ ਹੋਇਆ ਬਿਆਨ ਉਹਨਾਂ ਨੇ ਦਿੱਤਾ ਕਿ ਬਿਨਾਂ ਗੁਨਾਹਾਂ ਤੋਂ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਦੇ ਇਹਦਾ ਮਤਲਬ ਇਸ਼ਾਰਾ ਉਧਰ ਜਾਂਦਾ ਕਿ ਜਿਨ੍ਹਾਂ ਨੇ ਬੀਜੇਪੀ ਆਗੂਆਂ ਨੇ ਕੋਈ ਗੱਲਬਾਤ ਕੀਤੀ ਆ ਉਹਨਾਂ ਨੂੰ ਬਿਨਾਂ ਸਬੂਤਾਂ ਤੋਂ ਅਸੀਂ ਬਿਨਾਂ ਗਵਾਹਾਂ ਤੋਂ ਜਮੀਨ ਗ੍ਰਿਫਤਾਰ ਕਰਦੇ ਜੀ ਬਿਲਕੁਲ ਜੋਗੀ ਵਰਗੇ ਨਾ ਸਾਡੇ ਪੰਜਾਬ ਦੇ ਵਿੱਚ ਸੱਪ ਫੜਨ ਵਾਸਤੇ ਲੋਕਾਂ ਨੇ ਰੱਖੇ ਆ ਜਿਵੇਂ ਕੁੱਤੇ ਨੂੰ ਕਿਉਂ ਨਹੀਂ ਪਚਦਾ ਹੁਣ ਜੋਗੀ ਬਣ ਗਿਆ ਮੁੱਖ ਮੰਤਰੀ ਬਹੁਤ ਵੱਡਾ ਅਹੁਦਾ ਹੈ ਸੋ ਜੋਗੀ ਵਰਗਿਆਂ ਨੂੰ ਪਾਵਰ ਨਹੀਂ ਪਾਚ ਰਹੀ ਇਹ ਪਾਵਰ ਦੇ ਹੰਕਾਰ ਚਾਹ ਕੇ ਬਹੁਤ ਸਾਰੇ ਐਸੇ ਇੱਥੇ ਆਏ ਵੱਡੇ ਵੱਡੇ ਜ਼ਾਲਮ ਚੰਗੇਜ ਖਾਨ ਵਰਗੇ ਜਾਂ ਹੋਰ ਨਹੀਂ ਰਹੇ ਰਹਿਣਾ ਇਹਨਾਂ ਨੇ ਵੀ ਨਹੀਂ ਇਸ ਹਕੂਮਤ ਦਾ ਅੰਤ ਵੀ ਬਹੁਤ ਜਲਦ ਹੋਵੇਗਾ ਸਿੱਖ ਕੌਮ ਨੂੰ ਸ਼ਾਸਤਰਧਾਰੀ ਹੋਣਾ ਚਾਹੀਦਾ ਹੁਣ ਸਿੱਖ ਕੌਮ ਨੂੰ ਸੰਤ ਪਿੰਡਰ ਵਾਲਿਆਂ ਦੇ ਬਚਨ ਯਾਦ ਆ ਰਹੇ ਨੇ ਉਹ ਕਹਿੰਦੇ ਹੁੰਦੇ ਕੱਚਿਆਂ ਤੋਂ ਪੱਕਿਆਂ ਤੇ ਰਹਿ ਲੋ ਪੱਕਿਆਂ ਤੋਂ ਛੜਕ ਤੇ ਰਹਿ ਲੋ ਪਰ ਸ਼ਾਸਤਰ ਰੱਖੋ ਆਉਣ ਦਾ ਸਪੋਰਟ ਐਸੇ ਦੁਸ਼ਟਾਂ ਨੂੰ ਸਜ਼ਾ ਦਿਓ ਜਦੋਂ ਕਾਨੂੰਨ ਇਹਨਾਂ ਦਾ ਨਾ ਫੇਰ ਮਹਾਰਾਜ ਦਾ ਵੀ ਬਚਣਾ ਚੂੰਕਾਰ ਅਜਾ ਹਮ ਹੀਲ ਤੇ ਦਰ ਗੁਜਸਤ ਹਲਾਲ ਹਸਤ ਬੁਰਦਨ ਵਾਸ਼ਮ ਸ਼ੀਰੇ ਦਸਤ ਜਦੋਂ ਕੋਈ ਹੀਲਾ ਵਸੀਲਾ ਨਾ ਰਹੇ ਕਿ ਤੋਂ ਇਨਸਾਫ ਦੀ ਆਸ ਨਾ ਹੋਵੇ ਤਾਂ ਮੇਰੇ ਸਿੱਖ ਨੂੰ ਸ਼ਮਸ਼ੀਰ ਚੱਕ ਲੈਣੀ ਚਾਹੀਦੀ ਹੈ ਪਰ ਬੜਾ ਅਫਸੋਸ ਹੈ ਅੱਜ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਬੱਚਿਆਂ ਨੂੰ ਕੋਈ ਭੰਗੜੇ ਦੀਆਂ ਕਲਾਸਾਂ ਜਾਂ ਹੋਰ ਜਿਹੜੀ ਸਾਡੀ ਮਾਰਸ਼ਲ ਗੇਮ ਹੈ ਗੱਤਕੇ ਨਾਲੋਂ ਤੋੜ ਕੇ ਸਾਡੇ ਬੱਚਿਆਂ ਨੂੰ ਨਿਚਾਰ ਬਣਾਇਆ ਜਾ ਰਿਹਾ ਹੈ ਮਹਾਰਾਤਾ ਬਚਣਾ ਸ਼੍ਰੀ ਮੁਖ ਭਣਿਓ ਗਰੀਬ ਨਿਵਾਜ਼ ਸ਼ਾਸਤਰਣ ਕੇ ਅਧੀਨ ਹੈ ਰਾਜ ਤਾਲੇਵਾਨੀਆਂ ਚ ਬੜੇ ਨੁਕਸ ਨੇ ਹੋਣਗੇ ਪਰ ਲੇਕਿਨ ਉਹਨਾਂ ਦਾ ਸ਼ਾਸਤਰਣਾ ਇੰਨਾ ਪਿਆਰ ਹੈ ਉਹਨਾਂ ਨੇ ਸ਼ਾਸਤਰਾਂ ਦੇ ਨਾਲ ਅਮਰੀਕਾ ਵਰਗੇ ਦੇਸ਼ ਨੂੰ ਭਜਾ ਦਿੱਤਾ ਪਰ ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਵੀ ਹਰੀ ਸਿੰਘ ਨਲੂਏ ਨੇ ਉਹ ਤਾਲੇਵਾਨੀਆਂ ਨੂੰ ਉਹਨਾਂ ਦੇ ਵੱਡਿਆਂ ਨੂੰ ਉੱਥੇ ਜਾ ਕੇ ਮਾਰ ਦਿੱਤੀ ਸੀ ਅੱਜ ਤੱਕ ਅਫਗਾਨਿਸਤਾਨ ਨੂੰ ਕੋਈ ਜਿੱਤ ਨਹੀਂ ਸਕਿਆ ਵੀ ਆਰ ਪ੍ਰਾਊਡ ਟੂ ਬੀ ਸਿੱਖ ਸਾਨੂੰ ਸਿੱਖ ਹੋਣ ਤੇ ਮਾਣ ਚ ਹੋਣਾ ਚਾਹੀਦਾ ਕੇਵਲ ਤੇ ਕੇਵਲ ਸਾਡਾ ਸਰਦਾਰ ਹਰੀ ਸਿੰਘ ਨਲੂਆ ਫਤਿਹ ਪ੍ਰਾਪਤ ਕਰਕੇ ਆਇਆ ਉਹ ਕਾਰਨ ਇਹ ਸੀ ਵੀ ਬਾਣੀ ਬਾਣੇ ਦੇ ਧਾਰਨੀ ਸੀ ਸਾਡੇ ਸਿੰਘ ਹੁਣ ਸਾਡੇ ਕੋਲੇ ਨਿਰੀਆਂ ਗੱਲਾਂ ਰਹਿ ਗਈਆਂ ਬਾਣੇ ਬੜੇ ਵਧੀਆ ਪਾਏ ਨੇ ਪਰੰਤਰ ਬਾਣੀ ਨਹੀਂ ਹੈ ਸਿਮਰਨ ਨਹੀਂ ਹੈ ਸਿਮਰਨ ਤੋਂ ਬਿਨਾ ਅੰਦਰ ਨਿਰਪੈਤਾ ਨਹੀਂ ਆਉਂਦੀ ਸੰਤ ਬਾਬਾ ਜਰਨੈਲ ਸਿੰਘ ਦਾ 22 ਘੰਟੇ ਦਾ ਸਿਮਰਨ ਸੀ ਹੁਣ ਤੀਰਤਾਜ ਵੀ ਬੜੇ ਲੋਕ ਚੱਕੀ ਫਿਰਦੇ ਨੇ ਰਵਾਲ ਵਰਤਾ ਸਾਡੇ ਵਰਗੇ ਵੀ ਗਲਾਂ ਚ ਪਾਈ ਫਿਰਦੇ ਆ ਕੀ ਅਸੀਂ ਉਹ ਬਣ ਜਾਾਂਗੇ ਨਹੀਂ ਬਣ ਸਕਦੇ ਕਿਉਂਕਿ ਸਾਡਾ ਉਹਨਾਂ ਸਿਮਰਨ ਨਹੀਂ ਸਿਮਰਨ ਹੈ ਜਿਹੜਾ ਨਿਰਭਉ ਜਪੈ ਸਗਲ ਭਉ ਮਿਟੈ ਸਿਮਰਨ ਜ਼ਰੂਰੀ ਹੈ ਅੱਜ ਸਿੱਖ ਕੌਮ ਦੀ ਖੱਜਲ ਖੁਆਰੀ ਦਾ ਕਾਰਨ ਇਹ ਆ ਵੀ ਸਿੱਖ ਕੌਮ ਆਪਣੇ ਮੂਲ ਸਿਧਾਂਤ ਗੁਰਬਾਣੀ ਤੋਂ ਟੁੱਟ ਗਈ ਹੈ ਪਖੰਡਾਂ ਚ ਕਰਮਕਾਂਡਾਂ ਚ ਪੈ ਗਈ ਇਹ ਸਿੱਖ ਕੌਮ ਦੀ ਮੂਲ ਖੱਜਲ ਖੁਆਰੀ ਦਾ ਕਾਰਨ ਹੈ ਸੋ ਇਸ ਕਰਕੇ ਸਿੱਖ ਕੌਮ ਨੂੰ ਗੁਰਬਾਣੀ ਗੁਰੂ ਆਸੇ ਨਾਲ ਜੁੜਨਾ ਚਾਹੀਦਾ ਤਾਂ ਚੜ੍ਹਦੀ ਕਲਾ ਹੋਵੇਗੀ ਜੋ ਲਖਮੀਰਪੁਰ ਹੋਇਆ ਸਿੱਖ ਕੌਮ ਨੂੰ ਦ੍ਰਿੜ ਸਟੈਂਡ ਲੈਣਾ ਚਾਹੀਦਾ ਸ਼ਾਸਤਰਤਾਰੀ ਹੋਣਾ ਚਾਹੀਦਾ ਜੇ ਕਾਨੂੰਨ ਕੋਈ ਸਜ਼ਾ ਨਹੀਂ ਦਿੰਦਾ ਤਾਂ ਇਦਾਂ ਦੇ ਦੁਸ਼ਟਾਂ ਨੂੰ ਆਪ ਸਜ਼ਾ ਦਿਓ ਆਉਣ ਦਾ ਸਪੋਰਟ ਦਿਓ ਹੂੰ ਬਿਲਕੁਲ ਜੀ ਬਾਬਾ ਜੀ ਵੈਸੇ ਹਾਲਾਤ ਦੇਖ ਰਿਹਾ ਵਾਂ ਹਾਲਾਤ ਕਿੱਦਾਂ ਦੇ ਹੋਗੇ ਪਿਛਲੇ 1 ਸਾਲ ਤੋਂ ਕਿਸਾਨ ਧਰਨੇ ਪ੍ਰਦਰਸ਼ਨਾਂ 'ਚ ਬੈਠੇ ਨੇ ਇੱਕ ਪਾਸੇ ਤਾਂ ਲੋਕਤੰਤਰ ਦੀ ਗੱਲ ਹੁੰਦੀ ਆ ਕਿ ਆਪਣੇ ਦੇਸ਼ ਵਿੱਚ ਲੋਕਤੰਤਰ ਦਾ ਰਾਜ ਆ ਤੇ ਦੂਜੇ ਪਾਸੇ ਐਵੇਂ ਦੀਆਂ ਗੱਲਾਂ ਕਿ ਕਾਨੂੰਨ ਬਣਾਤੇ ਜੀ ਉਹ ਤਾਂ ਬਣਾਏ ਪੈਨੇ ਤੁਹਾਡੇ ਲਈ ਠੀਕ ਨੇ ਕਿਸਾਨ ਕਹਿੰਦੇ ਨੇ ਸਾਡੇ ਲਈ ਠੀਕ ਨਹੀਂ ਪਰ ਕਿਵੇਂ ਦੇ ਹਾਲਾਤਾਂ 'ਚ ਸਰਕਾਰਾਂ ਹੀ ਲੈ ਕੇ ਜਾ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਇਹ ਜਿਹੜਾ ਭਾਜਪਾ ਨਾ ਜੀ ਇਹ ਅੱਤਵਾਦੀਆਂ ਦੀ ਜਮਾਤ ਆ ਅਤਵਾਦੀ ਉਹਨੂੰ ਕਹਿੰਦੇ ਨੇ ਜਿਹੜਾ ਸਾਰਿਆਂ ਤੇ ਹੱਤ ਕਰੇ ਇੱਕ ਹੁੰਦਾ ਖਾੜਕੂ ਜਿਵੇਂ ਅੱਜ ਭਾਈ ਸੁਖੇ ਤੇ ਜਿੰਦੇ ਨੂੰ ਫਾਂਸੀ ਦਿੱਤੀ ਸੀ 5 ਵਜੇ ਅੱਜ ਭਾਈ ਸੁੱਖਾ ਤੇ ਜਿੰਦੇ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਜਰਨਲ ਬੈਦਿਆ ਸੋਧਿਆ ਸੋ ਐਨਏ ਖਾੜਕੂ ਜਿਹੜੇ ਹੱਕ ਲੈਂਦੇ ਆ ਜਿਹੜਾ ਸਾਰਿਆਂ ਤੇ ਜ਼ੁਲਮ ਕਰੇ ਉਹਨਾਂ ਨੂੰ ਕਹਿੰਦੇ ਨੇ ਅਤਵਾਦੀ ਅੱਜ ਦੇ ਸਮੇਂ 'ਚ ਭਾਜਪਾ ਨਾਲੋਂ ਵੱਡਾ ਅਤਵਾਦੀ ਕੋਈ ਨਹੀਂ ਹੈ ਤੁਸੀਂ ਸਾਨੂੰ ਗਿਫਟ ਦੇਣਾ ਚਾਹੋ ਅਸੀਂ ਕਈਏ ਲੈਣਾ ਨਹੀਂ ਜਬਰਦਸਤੀ ਥੋਪ ਰਹੇ ਨੇ ਉਹ ਕਾਨੂੰਨ ਨਹੀਂ ਕਿਸਾਨਾਂ ਨੂੰ ਪਸੰਦ ਸਾਨੂੰ ਨਹੀਂ ਆਪਾਂ ਨੂੰ ਪਸੰਦ ਹੋ ਆਪਾਂ ਸਾਰੇ ਫਾਰਮਰ ਆ ਔਰ ਅੱਧ ਕਿਉਂ ਨਹੀਂ ਕਰਦਾ ਗੱਲ ਕੀ ਆ ਉਹ ਚ ਹੰਗ ਤਾ ਹੈ ਹੰਕਾਰੀ ਹੋ ਚੁੱਕਿਆ ਔਰੰਗਜ਼ੇਬ ਮੰਗੂ ਮੋਦੀ ਮੁਸ਼ਦਾ ਸਵਾਲ ਬਣਾ ਲਿਆ ਤਾਂ ਕਰਕੇ ਕਾਨੂੰਨ ਰੱਦ ਨਹੀਂ ਕਰ ਰਿਹਾ ਪਰ ਇਹਦਾ ਅੰਤ ਵੀ ਔਰੰਗਜ਼ੇਬ ਦੀ ਅੱਜ ਮੜੀ ਤੇ ਨਾ ਕੁੱਤਾ ਨਹੀਂ ਕੋਈ ਪਿਸ਼ਾਬ ਕਰਦਾ ਇਹਦਾ ਵੀ ਅੰਤ ਇਹੀ ਹੋਊਗਾ ਤੁਸੀਂ ਯਾਦ ਰੱਖਿਓ ਬਿਲਕੁਲ ਲਖੀਮਪੁਰ ਦੀ ਘਟਨਾ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕੀ ਲੱਗਦਾ ਤੁਹਾਨੂੰ ਸਰਕਾਰ ਨੂੰ ਜਿਵੇਂ ਦੀ ਗੱਲਬਾਤ ਸਾਹਮਣੇ ਆ ਰਹੀ ਆ ਵੀਡੀਓ ਵਾਇਰਲ ਹੋਈਆਂ ਨੇ ਸਬੂਤ ਬਹੁਤ ਆਏ ਨੇ ਕੀ ਚਾਹੀਦਾ ਨਹੀਂ ਕਿ ਗ੍ਰਿਫਤਾਰੀਆਂ ਨਾਲ ਦੀ ਨਾਲ ਹੁਣ ਜਿਨ੍ਹਾਂ ਨੇ ਇਹ ਐਵੇਂ ਦਾ ਕਤਲੇਆਮ ਕੀਤਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਜੀ ਜੋਗੀ ਵਰਗਿਆਂ ਦੀ ਉਹਨਾਂ ਦੀ ਪਾਰਟੀ ਦਾ ਬੰਦਾ ਸੋ ਆਪਣੀ ਪਾਰਟੀ ਦਾ ਪੱਖ ਲੈ ਰਹੇ ਨੇ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਸਰਕਾਰਾਂ ਇਨਸਾਫ ਨਾ ਨਾ ਦੇਣ ਤਾਂ ਕੁਦਰਤ ਇਨਸਾਫ ਕਰਦੀ ਆ ਜਿਵੇਂ ਆ ਡੇਰੇ ਸਿਰਸੇ ਵਾਲੇ ਦਾ ਨੀ ਝੁਗਾ ਚੌੜ ਹੋਇਆ 40 ਸਾਲ ਦੀ ਕੈਦ ਹੋ ਗਈ ਹੁਣ 12 ਅਕਤੂਬਰ ਨੂੰ 20 ਸਾਲ ਦੀ ਹੋਰ ਹੋ ਜੂ 60 ਸਾਲ ਦੀ ਇਹਨਾਂ ਨੂੰ ਮਰ ਜੂ ਕਰਿਆ ਨਾ ਕੁਦਰਤ ਨੇ ਇਨਸਾਫ ਇਹ ਮੋਦੀ ਵਰਗਿਆਂ ਨੇ ਤਾਂ ਉਹ ਪਖੰਡੀ ਸਿਰਸੇ ਵਾਲੇ ਨੂੰ ਬੜਾ ਜ਼ੋਰ ਲਾਇਆ ਬਚਾਉਣ ਲਈ ਅਜੇ ਮਿਸ਼ਰਾ ਤੱਕ ਕਿਹੜਾ ਤੁਸੀਂ ਨਾਂ ਲੈਨੇ ਹੋ ਮੰਤਰੀ ਦਾ ਉਹ ਤਾਂ ਚੀਜ਼ ਹੈ ਕੁਛ ਨਹੀਂ ਪਰ ਕੁਦਰਤ ਨੇ ਇਨਸਾਫ ਕਰਿਆ ਨਾ ਕੁਦਰਤ ਇਨਸਾਫ ਕਰੂਗੀ ਜਿੱਦਾਂ ਗਰੀਬ ਕਿਸਾਨਾਂ ਨੂੰ ਕੁਚਲਿਆ ਇਦਾਂ ਹੀ ਇਹ ਹਕੂਮਤ ਕੁਚਲ ਕੁਚਲੀ ਜਾਊਗੀ ਤੁਸੀਂ ਯਾਦ ਰੱਖਿਓ ਬਿਲਕੁਲ ਵੈਸੇ ਤੁਸੀਂ ਕੀ ਸੁਝਾ ਦੇਵੋਗੇ ਬੀਜੇਪੀ ਸਰਕਾਰ ਨੂੰ ਜਿਵੇਂ ਦਾ ਸਿਸਟਮ ਚੱਲ ਰਿਹਾ ਜਿਵੇਂ ਦਾ ਹੁਣ ਸਰਕਾਰ ਚਲਾ ਰਹੇ ਨੇ ਉਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੀ ਪਹੁੰਚਦੇ ਨੇ ਚਾਹੇ ਜਿਹੜਾ ਮਰਜੀ ਦੇਸ਼ ਹੋਵੇ ਅਮਰੀਕਾ ਹੋਵੇ ਹੋਰ ਦੇਸ਼ ਹੋਣ ਵਿਰੋਧ ਤਾਂ ਹੋ ਰਹੀ ਹੈ ਕੀ ਸੁਝਾ ਦੇਵੋਗੇ ਕਿ ਐਮੀ ਵਿਰੋਧਤਾ ਜਾਰੀ ਰੱਖਣੀ ਆ ਜਾਂ ਕਿਤੇ ਨਾ ਕਿਤੇ ਨਿਸ਼ਾਨੇ ਤੇ ਜਾਇਆ ਜਾਵੇ ਅਸੀਂ ਤਾਂ ਮੋਦੀ ਨੂੰ ਸੁਝਾ ਦੇਵਾਂਗੇ ਵੀ ਕਾਦਾ ਪ੍ਰਧਾਨ ਮੰਤਰੀ ਆ ਤੂੰ ਨਾਕੜ ਬੋਕੇ ਮਰ ਜਾ ਅਸੀਂ ਤਾਂ ਆ ਸੁਝਾ ਦੇਵਾਂਗੇ ਜਿੱਥੇ ਹਰ ਜਗ੍ਹਾ ਤੇਰੀ ਫੋਟੋ ਤੇ ਜੁੱਤੀਆਂ ਦੇ ਹਾਰ ਪਾਏ ਪਏ ਨੇ ਕਾਹਦਾ ਪ੍ਰਧਾਨ ਮੰਤਰੀਆਂ ਤੂੰ ਜੇ ਤੇਰੇ 'ਚ ਕੋਈ ਮਾੜੀ ਮੋਟੀ ਅਣਖ ਹੈ ਤੂੰ ਅਸਤੀਫਾ ਦੇ ਦੇ ਆਪਣੇ ਅਹੁਦੇ ਤੋਂ ਇਹ ਨਹੀਂ ਭਾਜ-ਪਾਜ ਬੰਦੇ ਚੰਗੇ ਨਹੀਂ ਡਾਕਟਰ ਸੁਭਰਾਨੀਅਮ ਸਵਾਮੀ ਬਾਬਾ ਜਰਨੈਲ ਸਿੰਘ ਖਾਲਸਾ ਦੇ ਕਿੰਨਾ ਨੇੜੇ ਸੀਗੇ ਇਹਨਾਂ ਦਾ ਇੱਕ ਲੀਡਰ ਬਾਬਾ ਜਰਨੈਲ ਸੁੰਦੇ ਬਾਰੇ ਖਲਾਫ ਬੋਲਣ ਜਾ ਰਿਹਾ ਹੈ ਅਸੀਂ ਸੁਣਿਆ ਪਰਸੋਂ ਬਕਵਾਸ ਕਰਦਾ ਹੈਗਾ ਜਿਹੜੇ ਸੁਭਰਾਨੀਅਮ ਸਵਾਮੀ ਨੇ ਉਹ ਕਹਿੰਦੇ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਇੱਕ ਸੰਤ ਸੀ ਅਮਨਜੀ ਅੱਜ ਦੇ ਸਮੇਂ 'ਚ ਨਾ ਗੱਲਾਂ ਕਰਨ ਵਾਲੇ ਬਹੁਤ ਹੋਗੇ ਪਰ ਅੱਜ ਦੇ ਸਮੇਂ 'ਚ ਬਾਣੀ ਬਾਣੇ ਦਾ ਧਾਰਨੀ ਖਾਲਸਾ ਸੋਨੂੰ ਰੇਅਰ ਮਿਲੂਗਾ ਅੱਜ ਦੇ ਸਮੇਂ 'ਚ ਬਾਣੀ ਬਾਣੇ ਦਾ ਧਾਰਨੀ ਹੋਣ ਦੀ ਜ਼ਰੂਰਤ ਹੈ ਇਹਨਾਂ ਹਕੂਮਤਾਂ ਦੀ ਜ਼ਰੂਰਤ ਕੀ ਆ ਸਾਡੇ ਵੱਲ ਵੇਖ ਜਾਣ ਅੱਜ ਦੇ ਸਮੇਂ 'ਚ ਜੋ ਵੀ ਆਪਾਂ ਕੰਮ ਕਰਦੇ ਆਂ ਜਿਆਦਾ ਫੋਕੀ ਸ਼ੋਰ ਤਖਟਣ ਲਈ ਉਹ ਕਰਦੇ ਆਂਗੇ ਵੀ ਅਸੀਂ ਚੈਨਲਾਂ ਤੇ ਆਈਏ ਜਾਂ ਇੰਟਰਵਿਊਆਂ ਦੇਣੀਆਂ ਵੱਡੀਆਂ-ਵੱਡੀਆਂ ਫੜੀਆਂ-ਫੜਾ ਮਾਰਨੀਆਂ ਪਰ ਪ੍ਰੈਕਟੀਕਲੀ ਨਹੀਂ ਕਰਦੇ ਫੇਰ ਵੀ ਅਸੀਂ ਕਿਸਾਨ ਆਗੂਆਂ ਨੂੰ ਸਲੂਟ ਕਰਦੇ ਹਾਂ ਜਿਹੜੇ ਅੜੇ ਹੋਏ ਨੇ ਗਰੀਬ ਕਿਸਾਨਾਂ ਨੂੰ ਸਾਡਾ ਸਲੂਟ ਹੈ ਜਿਹੜੇ ਸਿੱਧਕ ਤੇ ਅੜੇ ਹੋਏ ਨੇ ਪਹਿਲਾਂ ਸਰਕਾਰ ਨੂੰ ਇਹ ਸੀ ਗਰਮੀ ਆ ਗਈ ਚਲੇ ਜਾਣਗੇ ਪਰ ਨਹੀਂ ਗਏ ਇਹ ਕਿਸਾਨਾਂ ਦੀ ਫਤਿਹ ਹੋਵੇਗੀ ਇਹ ਮੋਦੀ ਹਕੂਮਤ ਜਿਹੜੀ ਅਤਵਾਦੀ ਹਕੂਮਤ ਹੈ ਇਹਦਾ ਅੰਤ ਹੋਊਗਾ ਇੱਕ ਸਾਡੀ ਬੇਨਤੀ ਹੈ ਚਾਹੇ ਕਿਸੇ ਖੋਤੇ ਨੂੰ ਵੋਟ ਪਾ ਦਿਓ ਪਰ ਮੋਦੀ ਨੂੰ ਵੋਟ ਨਾ ਪਾਓ ਇਹ ਸਾਡੀ ਪੂਰੇ ਦੇਸ਼ ਦੇ ਗਰੀਬ ਕਿਸਾਨਾਂ ਨੂੰ ਗਰੀਬ ਲੋਕਾਂ ਨੂੰ ਬੇਨਤੀ ਹੈ ਕਿ ਮੋਦੀ ਨੂੰ ਵੋਟ ਨਾ ਪਾਓ ਚਾਹੇ ਕਿਸੇ ਖੋਤੇ ਨੂੰ ਵੋਟ ਪਾ ਦਿਓ ਇਹ ਖੋਤੇ ਤੋਂ ਵੀ ਗਿਆ ਗੁਜਰਿਆ ਬਿਲਕੁਲ ਜੀ ਸੋ ਬਾਬਾ surjit singh ਕਨੜਕੀ ਵਾਲਿਆਂ ਦਾ ਵੀ ਇਹੀ ਕਹਿਣਾ ਕਿ ਸਰਕਾਰ ਕਿਉਂ ਤੱਕੇਸ਼ਾਹੀ ਕਰ ਰਹੀ ਹੈ ਜਦੋਂ ਲੋਕਤੰਤਰ ਦਾ ਰਾਜ ਆ ਇੱਕ ਪਾਸੇ ਕਿਸਾਨ ਬੈਠੇ ਨੇ ਕਿ ਸਾਨੂੰ ਕਾਨੂੰਨ ਨਹੀਂ ਪਸੰਦ ਕਿਉਂ ਤੱਕੇ ਨਾਲ ਉਹ ਕਾਨੂੰਨ ਥੋਪੇ ਜਾ ਰਹੇ ਨੇ ਸੋ ਇਹਨਾਂ ਦਾ ਕਹਿਣਾ ਕਿ ਭਾਜਪੀ ਨੂੰ ਨਾ ਵੋਟ ਪਾਈ ਜਾਵੇ ਇੱਥੋਂ ਤੱਕ ਕਿਵੇਂ ਜਿਵੇਂ ਸੰਜੁਗਤ ਕਿਸਾਨ ਮੋਰਚੇ ਨੇ ਵੀ ਪਹਿਲਾਂ ਪੱਛਮੀ ਬੰਗਾਲ ਚ ਗਏ ਉੱਥੇ ਇਲੈਕਸ਼ਨ ਸੀ ਕਿਉਂਕਿ ਇਲੈਕਸ਼ਨਾਂ ਹੁਣ ਇੱਥੇ ਵੀ ਆਉਣੀਆਂ ਨੇ ਪੰਜਾਬ ਦੀ ਇਲੈਕਸ਼ਨ ਹੋਣੀ ਹੈ ਜੂਪੀ ਦੀ ਇਲੈਕਸ਼ਨ ਹੋਣੀ ਹੈ ਹੋਰ ਸਟੇਟਾਂ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉੱਥੇ ਵੀ ਜੇ ਐਵੇਂ ਦਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਚ ਬੀਜੇਪੀ ਦਾ ਵਿਰੋਧ ਵੱਡੇ ਪੱਧਰ ਤੇ ਹੋਣਾ ਬਾਬਾ ਸੁਰਜੀਤ ਸਿੰਘ ਖਣੜਕੀ ਵਾਲੇ ਲਗਾਤਾਰ ਕਹਿ ਰਹੇ ਨੇ ਕਿ ਜੂਪੀ ਚ ਜੋ ਹੋਇਆ ਨਖੇਦੀ ਕਰਦੇ ਆ ਕਤਲੇਆਮ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਕਿਤੇ ਨਾ ਕਿਤੇ ਮੰਗ ਇਹੀ ਉੱਠ ਰਹੀ ਆ ਪਰ ਸਰਕਾਰ ਜੂਪੀ ਦੇ ਮੁੱਖ ਮੰਤਰੀ ਯੋਗੀ ਨੇ ਬਿਆਨ ਜਾਰੀ ਕੀਤਾ ਕਿ ਸਬੂਤਾਂ ਤੋਂ ਬਿਨਾ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਨਾ ਪਰ ਕਿਸਾਨ ਇੱਕ ਪਾਸੇ ਕਹਿ ਰਹੇ ਕਿ ਸਬੂਤ ਸਾਹਮਣੇ ਨੇ ਵੀਡੀਓਜ਼ ਤੁਹਾਡੇ ਸਾਹਮਣੇ ਨੇ ਤੁਸੀਂ ਗ੍ਰਿਫਤਾਰੀਆਂ ਕਰੋ ਅਤੇ ਪ੍ਰਦਰਸ਼ਨ ਲਗਾਤਾਰ ਯੂਪੀ ਵਿੱਚ ਜਾਰੀਆ ਅਤੇ ਚੱਲਦਾ ਰਹੇਗਾ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ